नवजोत सिंह सिद्धू दी राहुल गांधी दे नाल कोई मुलाकात नहीं है। राहुल गांधी वालों इस खबर का खंडन किया गया है। उन्होंने कहा है कि सिद्धू नाल कोई मुलाकात नहीं है ते नवजोत सिंह सिद्धू दिल्ली पहुंचे हुए ने लेकिन राहुल गांधी नाल उन्हां दी कोई मुलाकात नहीं है। खुद राहुल गांधी ने इस खबर का खंडन किया है। जानकारी देने लई नकुल साडे नाल जुड़ गए ने। नकुल, राहुल गांधी वालों खुद खंडन किया गया है कि नवजोत सिंह सिद्धू दे नाल उन्हां दी कोई मुलाकात नहीं है, की कुछ जानकारी? ਸੂਤਰਾਂ ਤੋਂ ਸ਼ਾਮ ਦੀ ਖਬਰ ਆ ਰਹੀ ਸੀ, ਕੱਲ ਸ਼ਾਮ ਦੀ ਖਬਰ ਆ ਰਹੀ ਸੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈ ਹਾਈ ਕਮਾਨ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨਾਲ ਅੱਜ ਮੁਲਾਕਾਤ ਹੋ ਸਕਦੀ ਹੈ। ਅੱਜ ਪੂਰਾ ਦਿਨ ਨਿਕਲ ਗਿਆ ਪਰ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਘਰ ਨਹੀਂ ਪਹੁੰਚੇ ਮੁਲਾਕਾਤ ਕਰਨ ਦੇ ਲਈ। ਦੇ ਵਿੱਚ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦੇ ਘਰ ਜਾਂਦੇ ਨੇ, ਸੋਚ ਲਾਈ ਜਾਂਦੀ ਹੈ ਕਿ ਸ਼ਾਇਦ ਉੱਥੇ ਮੀਟਿੰਗ ਹੋਏਗੀ ਨਵਜੋਤ ਸਿੰਘ ਸਿੱਧੂ ਦੀ, ਪਰ ਉਸ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦੇ ਘਰ ਤੋਂ ਬਾਹਰ ਆਉਂਦੇ ਨੇ ਤਾਂ ਸਪਸ਼ਟ ਕਰਦੇ ਨੇ ਕਿ ਮੇਰੀ ਅੱਜ ਵੀ ਕੋਈ ਅੱਜ ਨਵਜੋਤ ਸਿੰਘ ਸਿੱਧੂ ਦੇ ਨਾਲ ਕੋਈ ਵੀ ਮੀਟਿੰਗ ਸ਼ੈਡਿਊਲ ਨਹੀਂ ਹੈ। ਤੇ ਇਹ ਜਿਹੜਾ ਇਹ ਜਿਹੜੀ ਚੀਜ਼ ਸਪਸ਼ਟ ਕੀਤੀ ਗਈ ਹੈ ਉਹ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਹੈ ਕਿ ਅੱਜ ਕੋਈ ਵੀ ਜਿਹੜੀ ਮੀਟਿੰਗ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਰਾਹੁਲ ਗਾਂਧੀ ਦੀ ਔਰ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਦੇ ਨਾਲ ਔਰ ਪ੍ਰਿਯੰਕਾ ਗਾਂਧੀ ਦੇ ਨਾਲ ਨਹੀਂ ਹੈ। ਪ੍ਰਮੀਤ, ਹਾਂਜੀ, ਬਹੁਤ ਬਹੁਤ ਸ਼ੁਕਰੀਆ ਨਕੁਲ ਜਾਣਕਾਰੀ ਦੇਣ ਲਈ। ਤੋ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਨਵਜੋਤ ਸਿੰਘ ਸਿੱਧੂ ਦੇ ਨਾਲ ਰਾਹੁਲ ਗਾਂਧੀ ਦੀ ਕੋਈ ਮੁਲਾਕਾਤ ਨਹੀਂ ਹੈ। ਰਾਹੁਲ ਗਾਂਧੀ ਨੇ ਖੁਦ ਖੰਡਨ ਕੀਤਾ ਇਸ ਖਬਰ ਦਾ। ਨਵਜੋਤ ਸਿੰਘ ਸਿੱਧੂ ਦਿੱਲੀ ਜ਼ਰੂਰ ਪਹੁੰਚੇ ਹੋਏ ਨੇ ਲੇਕਿਨ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਅੱਜ ਕੋਈ ਮੁਲਾਕਾਤ ਨਹੀਂ ਹੈ।